ਅੰਮ੍ਰਿਤਸਰ ਵਿਖੇ ਨਿਊ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 10 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ। ਇਹ ਲੰਗਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਇਸ ਮੌਕੇ ਸੁਖਦੇਵ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ ਕਾਲਾ, ਦਰਸ਼ਨ ਸਿੰਘ ਸੋਨੂ, ਸਿੰਮੂ, ਸਨੀ ਰਾਜਾ ਤੇ ਇੰਦਰਜੀਤ ਆਦਿ ਮੌਜੂਦ ਰਹੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਸਾਧ ਸੰਗਤ ਇਲਾਕੇ ਦੇ ਨਿਵਾਸੀ ਸੰਗਤਾਂ ਲੰਗਰ ਲਗਾਉਂਦੀਆਂ ਸਨ, ਇਸ ਸਾਲ ਵੀ ਲਗਾਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਲੰਗਰ ਲੱਗਦਾ ਰਹੇ। ਇੱਕ ਮਿਹਰ ਭਰਿਆ ਹੱਥ ਸਾਡੇ ਦੇ ਗੁਰੂ ਸਾਹਿਬ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਨੀ ਹੈ, ਮੈਂ ਸ਼੍ਰੀ ਸਿੰਘ ਨਗਰ ਦਾ ਰਹਿਣ ਵਾਲਾ ਨਿਵਾਸੀ ਹਾਂ। ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਦੇ ਦਿਹਾੜੇ ਵਿੱਚ ਅੱਜ ਲੰਗਰ ਲਗਾਇਆ ਹੈ। ਇਹ ਲੰਗਰ ਹਰ ਸਾਲ ਦੀ ਤਰ੍ਹਾਂ ਹਰ ਸਾਲ ਲੱਗਦਾ ਹੈ ਅਤੇ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਲਗਾਇਆ ਗਿਆ ਹੈ। ਅਸੀਂ ਨਿਊ ਸ਼੍ਰੀ ਹਿੰਮਸਰ ਨਗਰ ਗਲੀ ਨੰਬਰ 10 ਵਿੱਚ ਸਾਰੇ ਮੁਹੱਲਾ ਨਿਵਾਸੀ ਰਹਿਣ ਵਾਲੇ ਹਾਂ। ਇੱਥੇ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਹਰ ਸਾਲ ਬੜੇ ਸ਼ਰਧਾ ਅਤੇ ਭਾਵਨਾ ਦੇ ਨਾਲ ਲੰਗਰ ਦੀ ਸੇਵਾ ਕਰਦੇ ਆ ਸਾਰੇ ਗਲੀ ਮੁਹੱਲੇ ਵਾਲੇ। ਅਤੇ ਮਹਾਰਾਜ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਇਹਨਾਂ ਦੇ ਬਰਕਤਾਂ ਪਾਵੇ, ਕਮਾਈਆਂ ਵਿੱਚ ਹੋਰ ਵਾਧੇ ਪਾਵੇ ਅਤੇ ਆਪਣਾ ਲੰਗਰ ਹਰ ਸਾਲ ਬਾਬੇ ਦੀ ਕਿਰਪਾ ਨਾਲ ਚੱਲਦਾ ਰਹੇ ਵਧੀਆ।